ਨਜ਼ਰ ਹੈ। ਮੈਂ ਕਿਹੜੀ ਰਾਹ ਪੈ ਗਿਆ ਵਾਂ, ਮੈਂ ਕਿਹੜੀ ਰਾਹ ਪੈ ਗਿਆ ਵਾਂ, ਅਜੇ ਤੁਰੇ ਹੀ ਸਾਂ ਤੇ ਬਹਿ ਗਿਆ ਵਾਂ। ਮੈਂ ਕਿਹੜੀ ਰਾਹ ਪੈ ਗਿਆ ਵਾਂ, ਅਜੇ ਤੁਰੇ ਹੀ ਸਾਂ ਤੇ ਬਹਿ ਗਿਆ ਵਾਂ, ਤੇ ਬੇਗਮ ਦੇ ਚਿਮਟੇ ਤੋਂ ਡਰ ਕੇ, ਬੇਗਮ ਦੇ ਚਿਮਟੇ ਤੋਂ ਡਰ ਕੇ ਮਾਸ਼ੂਕ ਨੂੰ ਭੈਣ ਜੀ ਕਹਿ ਆਵਾਂ। ਤੇ ਮੈਂ ਗੱਲ ਕੋਈ ਨਾ ਜਾਂਦਾ ਸਾਂ, ਮੈਂ ਗੱਲ ਕੋਈ ਨਾ ਜਾਂਦਾ ਸਾਂ, ਹੁਣ ਗਮਲੇ ਵੇਲਣ ਸਹਿ ਗਿਆ ਵਾਂ। ਤੇ ਜੇ ਵੇਹ ਗੁਆਂਢਣ ਹੱਸ ਬੈਠਾ, ਜੇ ਵੇਹ ਗੁਆਂਢਣ ਹੱਸ ਬੈਠਾ, ਬੇਗਮ ਤੇਰਾ ਕੀ ਲੈ ਗਿਆ ਵਾਂ। ਤੇ ਕਈ ਦਿਨ ਤੋਂ ਸੀ ਮੈਂ ਡੈਟਿੰਗ ਦੇ, ਕਈ ਦਿਨ ਤੋਂ ਸੀ ਮੈਂ ਡੈਟਿੰਗ ਦੇ, ਅੱਜ ਕੁੱਕੜ ਵੇਖ ਕੇ ਪੈ ਗਿਆ ਵਾਂ। ਇਹ ਸ਼ੇਰ ਜ਼ਰਾ ਬਜ਼ੁਰਗਾਂ ਦੀ ਨਜ਼ਰ, ਮੇਰਾ ਝਾਟਾ ਚਿੱਟਾ ਹੋ ਗਿਆ ਏ, ਮੇਰਾ ਝਾਟਾ ਚਿੱਟਾ ਹੋ ਗਿਆ ਏ, ਬਸ ਕੀਮਾ ਜੋਗਾ ਰਹਿ ਗਿਆ ਵਾਂ। ਨਹੀਂ ਪਸੰਦ ਆਇਆ? ਕਹਿੰਦੇ ਨਾ ਰੋਟੀ ਪਹਿਲੇ ਦੇ ਦਿਓ। ਇੱਕ ਨਜ਼ਮ ਹੈ ਜੀ ਸਾਇੰਸਦਾਨ, ਇਹ ਬੰਦਾ ਤੇ ਹੈ ਵੀ PhD ਰਿਸਰਚਰ ਜਾਂ ਅਗਰ ਨਹੀਂ ਵੀ ਤਾਂ ਉਹਦੀ ਨਜ਼ਰ ਜਿਹੜਾ ਵੀ ਹੈ। ਸੁਣਿਆ ਇੱਕ ਬੜਾ ਵੱਡਾ ਸਾਇੰਸਦਾਨ ਸੀ, ਸੁਣਿਆ ਇੱਕ ਬੜਾ ਵੱਡਾ ਸਾਇੰਸਦਾਨ ਸੀ, ਵੇਖ ਕੇ ਰਿਸਰਚ ਉਹਦੀ ਦੁਨੀਆ ਹੈਰਾਨ ਸੀ, ਤੇ ਸ਼ੋਹਰਤਾਂ ਦਾ ਡੰਗਾ ਪੂਰੇ ਜੱਗ ਤੇ ਸੀ ਵੱਜਦਾ, ਇਲਮਾਂ ਦਾ ਮੇਲਾ ਉਹਦੇ ਨਾਂ ਤੇ ਸੀ ਸਜਦਾ, ਤੇ ਸਭ ਕੁਝ ਆਪਣਾ ਤਬਾਹ ਉਹਨੇ ਕਰ ਲਿਆ, ਆਖੇ ਲੱਗ ਬੇਬੇ ਦੇ ਵਿਆਹ ਉਹਨੇ ਕਰ ਲਿਆ, ਤੇ ਝਗੜਿਆਂ ਮਾਫੀਆਂ ਤਲਾਫੀਆਂ ਚ ਰੁੱਲ ਗਿਆ, ਝਗੜਿਆਂ ਮਾਫੀਆਂ ਤਲਾਫੀਆਂ ਚ ਰੁੱਲ ਗਿਆ, ਤੇ ਆਖਦੇ ਨੇ ਸਾਇੰਸ ਕਿਨੂੰ ਇਹ ਵੀ ਗੱਲ ਭੁੱਲ ਗਿਆ। ਇੱਕ ਕਦਾ ਬੇਸ਼ ਨਜ਼ਰ, ਖਾਣਾ ਪਿਆਰ ਹੈ ਕਿ ਨਹੀਂ, ਜ਼ਿੰਦਗੀ ਨਿਚੋੜ ਕੇ, ਜ਼ਿੰਦਗੀ ਨਿਚੋੜ ਕੇ ਕੱਢਿਆ ਮੈਂ ਅਰਕ ਏ, ਜ਼ਿੰਦਗੀ ਨਿਚੋੜ ਕੇ ਕੱਢਿਆ ਮੈਂ ਅਰਕ ਏ, ਜੰਗ ਤੇ ਵਿਆਹ ਵਿੱਚ ਥੋੜ੍ਹਾ ਜਿਹਾ ਫਰਕ। ਜ਼ਿੰਦਗੀ ਨਿਚੋੜ ਕੇ ਕੱਢਿਆ ਮੈਂ ਅਰਕ ਏ, ਜੰਗ ਤੇ ਵਿਆਹ ਵਿੱਚ ਥੋੜ੍ਹਾ ਜਿਹਾ ਫਰਕ ਏ, ਤੇ ਜਿੱਤੋ ਭਾਵੇਂ ਹਰੋ, ਜਿੱਤੋ ਭਾਵੇਂ ਹਰੋ, ਖੁਸ਼ ਹੋ ਨਹੀਂ ਸਕਦੇ, ਤੇ ਜੰਗ ਵਿੱਚ ਵੈਰੀ ਨਾਲ ਸੋ ਨਹੀਂ ਸਕਦੇ। ਲੱਗੀ ਹੈ ਬਾਜੀ ਸੋਸ਼ਲ ਮੈਰਿਜ, ਮਿੱਠੇ ਕਰੇਲੇ, ਮਿੱਠੇ ਕਰੇਲੇ ਕੌੜੀ ਖੰਡ, ਮਿੱਠੇ ਕਰੇਲੇ ਕੌੜੀ ਖੰਡ, ਇੰਟਰਨੈਟ ਨੇ ਪਾਈ ਵੰਡ, ਤੇ ਟਿੰਡਰ ਤੇ ਇੱਕ ਲੱਭੀ ਸੋਹਣੀ, ਟਿੰਡਰ ਤੇ ਇੱਕ ਲੱਭੀ ਸੋਹਣੀ, ਲੱਖਾਂ ਤਸਵੀਰਾਂ ਨੂੰ ਛੰਡ, ਤੇ ਕਈ ਵਾਰ ਲਿਖਵਾਏ ਕਾਰਡ, ਕਈ ਵਾਰ ਲਿਖਵਾਏ ਕਾਰਡ, ਈਜ਼ੀ ਲੋਡ ਲਵਾਈ ਝੰਡ, ਤੇ ਵਟਸਐਪ ਤੇ ਹੋਇਆ ਰਿਸ਼ਤਾ, ਵਟਸਐਪ ਤੇ ਹੋਇਆ ਰਿਸ਼ਤਾ, ਈਮੇਲ ਤੇ ਭੇਜੀ ਗੰਢ, ਤੇ ਫੇਸਬੁੱਕ ਤੇ ਲਾੜਾ ਬਣਿਆ, ਫੇਸਬੁੱਕ ਤੇ ਲਾੜਾ ਬਣਿਆ, ਪੈਰੀ ਵਿੱਚ ਕਲੇਜੇ ਠੰਡ, ਤੇ ਕੀ ਦੱਸਾਂ ਮੈਂ ਫਿਰ ਕੀ ਹੋਇਆ, ਫੋਟੋਸ਼ਾਪ ਲਵਾਈ ਕੰਡ, ਤੇ ਤਸਵੀਰਾਂ ਦੀ ਹੀਰ ਸਿਆਲ, ਤਸਵੀਰਾਂ ਦੀ ਹੀਰ ਸਿਆਲ, ਵਿੱਚ ਮਸਹਿਰੀ ਮੋਟੀ ਸੰਡ। ਆਖਰੀ ਕਥਾ ਬਸ, ਇੱਕ ਬਜ਼ੁਰਗ ਸਿਆਸਤਦਾਨ ਦੀ ਆਪਣੇ ਬੱਚਿਆਂ ਨੂੰ ਨਸੀਹਤ ਹੈ, ਇੱਕ ਕਥੇ ਦੀ ਸ਼ਕਲ ਦੇ ਵਿੱਚ ਕਹਿੰਦਾ, ਕਰਪਸ਼ਨ ਤੁਸੀਂ ਰੱਜ ਕਰ ਲੈਣਾ, ਕਰਪਸ਼ਨ ਤੁਸੀਂ ਰੱਜ ਕਰ ਲੈਣਾ, ਫੜੇ ਗਏ ਤੇ ਜੱਜ ਕਰ ਲੈਣਾ, ਕਰਪਸ਼ਨ ਤੁਸੀਂ ਰੱਜ ਕਰ ਲੈਣਾ, ਫੜੇ ਗਏ ਤੇ ਜੱਜ ਕਰ ਲੈਣਾ, ਤੇ ਅੱਗੇ ਦੀ ਵੀ ਫਿਕਰ ਨਾ ਕਰਨਾ, ਅੱਗੇ ਦੀ ਯਾਨੀ ਕਿ ਜੰਨਤ ਦੋਜ਼ਖ ਦੀ।
करप्शन तुसी रज कर लेना फड़े गए ते जज कर लेना ते अगे दी भी फिकर ना करना बस एक बारी हज कर लेना। बहुत बहुत शुक्रिया जी।